किसान मजदूर संघर्ष कमेटी द्वारा फाजिल्का में मोटरसाइकिल मार्च निकाला गया। इस मौके पर किसान आगुओं ने कहा कि पंजाब सरकार ने पिछले विधानसभा चुनाव में घर घर नौकरी देने, किसानों के कर्ज माफ करने के अलावा अन्य कई वादे किए थे जो केवल वादे ही रह गए। इसके अलावा उन्होंने कहा कि हाल ही में हुई ओलावृष्टि और बेमौसमी बारिश से फसल को हुए नुकसान के लिए किसानों को कोई मुआवजा भी नहीं दिया जा रहा है। उन्होंने तीन कृषि कानूनों को तत्काल निरस्त करने की भी मांग की। इस मोटरसाइकिल मार्च में बड़ी संख्या में किसान नेताओं और विभिन्न गांवों के किसानों ने भाग लिया। इस मौके पर उन्होंने पंजाब सरकार के नाम एसडीएम फाजिल्का को एक ज्ञापन भी सौंपा। ਜਿਹੜਾ ਅਸੀਂ ਰੈਲੀ ਕਰ ਰਹੇ ਹਾਂ ਇਸ ਰੈਲੀ ਦਾ ਇੱਕੋ ਇੱਕ ਮਕਸਦ ਆ ਵੀ ਜਿਹੜੇ ਪੰਜਾਬ ਸਰਕਾਰ ਨੇ ਚੋਣ ਮੈਨੂਫੈਸਟੋ ਵੇਲੇ ਜਿਹੜੇ ਵਾਅਦੇ ਕੀਤੇ ਆ ਚੋਣ ਲੜਨ ਵੇਲੇ ਚਾਹੇ ਉਹ ਕਰਜ਼ਿਆਂ ਦਾ ਹੋਏ ਚਾਹੇ ਉਹ ਬਿਜਲੀ ਦੇ ਬਿੱਲਾਂ ਦਾ ਹੋਏ ਚਾਹੇ ਉਹ ਤਾਰਾਂ ਤੋਂ ਪਾਰਲੀਆਂ ਕੰਡਿਆਲੀ ਜ਼ਮੀਨਾਂ ਦਾ ਹੋਏ ਚਾਹੇ ਕਿਸੇ ਵਰਗ ਦਾ ਕੋਈ ਵੀ ਵਾਅਦਾ ਹੋਏ ਅੱਜ ਤੱਕ ਉਹਨਾਂ ਨੇ ਨਾ ਤਾਂ ਨੌਕਰੀਆਂ ਦਿੱਤੀਆਂ ਨਾ ਤਾਂ ਕਰਜ਼ੇ ਮਾਫ਼ ਕੀਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਝੂਠੀ ਸਹੁੰ ਚੱਕ ਕੇ ਉਹਦੇ ਤੇ ਹੱਥ ਰੱਖ ਕੇ ਜਿਹੜੇ ਅੱਜ ਜੋ ਭੱਜ ਚੁੱਕੇ ਆਪਣੇ ਵਾਅਦਿਆਂ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਬਿੱਲਾਂ ਦਾ ਇੱਕ ਸ਼ੋਸ਼ਾ ਛੱਡਿਆ ਚੰਨੀ ਸਰਕਾਰ ਨੇ ਵੀ ਮੈਂ ਜਿਹੜੇ ਬਿੱਲ ਆ ਸਾਰੇ ਮਾਫ਼ ਕਰ ਦਿੱਤੇ 2 ਕਿਲੋਵਾਟ ਤੱਕ ਦੇ ਜਿੰਨੇ ਵੀ ਅੱਜ ਤੱਕ ਦੇ ਜੁਰਮਾਨੇ ਕਿਸੇ ਵੀ ਵਰਗ ਦੇ 2 ਕਿਲੋਵਾਟ ਦੇ ਜੁਰਮਾਨੇ ਆ ਉਹ ਮੈਂ ਸਾਰੇ ਮਾਫ਼ ਕਰ ਦਿੱਤੇ ਆ ਪਰ ਮੇਰੇ ਵੀਰੋ ਤੁਹਾਨੂੰ ਦੱਸਣਾ ਚਾਹਾਂਗੇ ਵੀ ਜਿਹੜੇ ਉਹ ਮਾਫ਼ ਕੀਤੇ ਆ ਉਹ ਕਾਗਜ਼ਾਂ ਵਿੱਚ ਵੀ ਮਾਫ਼ ਨਹੀਂ ਕੀਤੇ ਗਏ ਕਿ ਸ਼ੋਸ਼ਾ ਛੱਡਿਆ ਗਿਆ ਤਾਂ ਜਦੋਂ ਅਸੀਂ ਇਹ ਮਾਫ਼ ਕਰਾਉਣ ਜਾਂਦੇ ਹਾਂ ਤਾਂ ਉੱਥੇ ਫਾਰਮ ਭਰਦੇ ਹਾਂ ਉਹ ਕਹਿੰਦੇ ਤੁਹਾਡਾ ਮਾਫ਼ ਹੀ ਨਹੀਂ ਹੋ ਸਕਦਾ ਤਾਂ ਅਸੀਂ ਇੱਕੋ ਇੱਕ ਚੰਨੀ ਸਾਹਿਬ ਨੂੰ ਸਲਾਹ ਰਾਏ ਦੇਣਾ ਚਾਹਾਂਗੇ ਵੀ ਬੜੇ ਵਧੀਆ ਸੂਝਵਾਨ ਪੜ੍ਹੇ ਲਿਖੇ ਹੈਗੇ ਹੋ ਫਿਰ ਵੀ ਇਹੋ ਜਿਹੀਆਂ ਜਿਹੜੀਆਂ ਮਿੱਠੀਆਂ ਗੋਲੀਆਂ ਕਿਉਂ ਦਿੰਦੇ ਹੋ ਤੁਸੀਂ ਤੁਹਾਡੇ ਕੋਲ ਸਾਰਾ ਆਨਲਾਈਨ ਪੋਰਟਲ ਤੇ ਸਾਰਾ ਕੁਝ ਹੈ ਵੀ ਕਿਸੇ ਮਜ਼ਦੂਰ ਦਾ ਕਿਸੇ ਗਰੀਬ ਦਾ ਕਿੰਨਾ ਕੁ ਉਹਦਾ ਬਿੱਲ ਬਕਾਇਆ ਕਿੰਨਾ ਕੁ ਉਹਦੇ ਤੇ ਜੁਰਮਾਨੇ ਆ ਕਿਉਂ ਨਹੀਂ ਤੁਸੀਂ ਉਹ ਜਿਹੜਾ ਆਨਲਾਈਨ ਆਪਣੇ ਉਧਰੋਂ ਕਰਦੇ ਕਿਉਂ ਤੁਸੀਂ ਇੱਕ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਵੀ ਫਾਰਮ ਭਰੋ ਤਾਂ ਜੋ ਫਾਰਮ ਭਰਦਿਆਂ ਪੂਰੇ ਜਿਹੜਾ ਪੰਜਾਬ ਦੇ ਆ ਮਹੀਨਾ 2 ਮਹੀਨੇ ਲੰਘ ਜਾਵੇ ਔਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਚੋਣ ਜਾਬਤਾ ਲੱਗ ਜਾਵੇ ਤੁਹਾਡੀ ਸਰਕਾਰ ਦੀ ਜਿਹੜੀ ਟਾਈਮ ਪੀਰੀਅਡ ਹੈ ਖਤਮ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਫੇਰ ਇਹਨਾਂ ਜਿਹੜੇ ਗੰਦਿਆਂ ਜਿਹੜੇ ਵਾਅਦਿਆਂ ਤੋਂ ਦੁਬਾਰਾ ਫੇਰ ਉੱਪਰ ਤੁਸੀਂ ਲੋਕਾਂ ਨੂੰ ਜਿਹੜਾ ਬੇਵਕੂਫ ਬਣਾਓ ਔਰ ਜਿਹੜਾ ਅਸੀਂ ਨਹੀਂ ਹੋਣ ਦਿਆਂਗੇ ਅਗਰ ਤੁਸੀਂ ਬਿੱਲ ਮਾਫ਼ ਕਰਜ਼ੇ ਮਾਫ਼ ਕਰਨੇ ਆ ਤਾਂ ਤੁਹਾਡੇ ਕੋਲ ਸਾਰਾ ਕੁਝ ਪਿਆ ਵੀ ਕਿਸੇ ਬੰਦੇ ਦਾ ਕਿੰਨਾ ਕਰਜ਼ਾ ਹੈਗਾ ਜਾਂ ਕਿਸੇ ਬੰਦੇ ਦਾ ਕਿੰਨਾ ਬਿੱਲ ਆ ਉਹ ਪੂਰਨ ਰੂਪ ਵਿੱਚ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਕੇ ਬੈਂਕਾਂ ਵਾਲਿਆਂ ਨੂੰ ਪੀਐਸਪੀਸੀਐਲ ਵਾਲਿਆਂ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਤਾਂ ਜੋ ਜਿਹੜੇ ਲੋਕਾਂ ਦੇ ਬਿੱਲ ਮਾਫ਼ ਹੋ ਸਕਣ ਔਰ ਉਸ ਤੋਂ ਬਾਅਦ ਫਾਜ਼ਿਲਕਾ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਿਆ ਵੀ ਇੱਕ ਮਜ਼ਦੂਰਾਂ ਨੇ ਆਪਣੇ ਜਿਹੜੇ ਰੁਜ਼ਗਾਰ ਲਈ ਆਪਣੇ ਜਿਹੜੇ ਪੇਟ ਪਾਲਣ ਲਈ ਆਪਣੇ ਬੱਚਿਆਂ ਨੂੰ ਪਾਲਣ ਲਈ ਇੱਕ ਮੋਟਰਸਾਈਕਲ ਤੇ ਉਹਦੇ ਨਾਲ ਟਰਾਲੀ ਵਾਲੀ ਜਿਹੜੀ ਇੱਕ ਰੇੜੀ ਬਣਾਈ ਆ ਪਰ ਰੇੜੀ ਬਣਾਈ ਆ ਪਰ ਅੱਜ ਉਹਨਾਂ ਦੀ ਜਿਹੜੀ ਮਜ਼ਦੂਰੀ ਉਹਨਾਂ ਤੋਂ ਖੋਈ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਫਾਜ਼ਿਲਕਾ ਦਾ ਕਹਿੰਦਾ ਵੀ ਇਹ ਇਲੀਗਲ ਹੈ ਕਹਿੰਦੇ ਇਹ ਇਲੀਗਲ ਹੈ ਇਹ ਇੱਥੇ ਕੰਮ ਨਹੀਂ ਕਰ ਸਕਦੇ ਤਾਂ ਅਸੀਂ ਪ੍ਰਸ਼ਾਸਨ ਤੋਂ ਪੁੱਛਣਾ ਚਾਹਾਂਗੇ ਕਿ ਮਜ਼ਦੂਰੀ ਕਰਨਾ ਇਲੀਗਲ ਹੈ ਕਿ ਆਪਣਾ ਪੇਟ ਪਾਲਣਾ ਇਲੀਗਲ ਹੈ ਕਿ ਆਪਣੇ ਬੱਚਿਆਂ ਲਈ ਕੋਈ ਰੋਜੀ ਰੋਟੀ ਦਾ ਸਾਧਨ ਬਣਾਉਣਾ ਇਲੀਗਲ ਹੈ ਤੁਸੀਂ ਸਾਨੂੰ ਦੱਸੋ ਅਸੀਂ ਜਵਾਬ ਸਾਨੂੰ ਚਾਹੀਦਾ ਇਹ ਇਲੀਗਲ ਨਹੀਂ ਹੈ ਇਲੀਗਲ ਤਾਂ ਉਹ ਹੈ ਜਿਹੜਾ ਰੇਤ ਮਾਫੀਆ ਚੱਲ ਰਿਹਾ ਬਜਰੀ ਮਾਫੀਆ ਚੱਲ ਰਿਹਾ ਆ ਜਿਹੜਾ ਜਿੰਨਾ ਵੀ ਮਾਫੀਆ ਟਰਾਂਸਪੋਰਟ ਮਾਫੀਆ ਜਿੰਨਾ ਵੀ ਮਾਫੀਆ ਪੰਜਾਬ ਦੇ ਵਿੱਚ ਫੈਲਿਆ ਹੋਇਆ ਪਹਿਲਾਂ ਉਹ ਇਲੀਗਲ ਨੂੰ ਬੰਦ ਕਰੋ ਅਸੀਂ ਜਿਹੜਾ ਟਰਾਲੀਆਂ ਮੋਟਰਸਾਈਕਲ ਟਰਾਲੀਆਂ ਇਹ ਆਪਣਾ ਰੁਜ਼ਗਾਰ ਕਰਦੇ ਆ ਕੋਈ ਨਸ਼ਾ ਨਹੀਂ ਵੇਚਦੇ ਇਹਨਾਂ ਦੀ ਟਰਾਲੀਆਂ ਅਸੀਂ ਇੱਥੋਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਹਨਾਂ ਦੀ ਟਰਾਲੀਆਂ ਨੂੰ ਸਾਨੂੰ ਨਹੀਂ ਪਤਾ ਚਾਹੇ ਜਿਵੇਂ ਮਰਜ਼ੀ ਤੁਸੀਂ ਇਹਨੂੰ ਲੀਗਲ ਕਰੋ ਚਾਹੇ ਜਿੱਦਾਂ ਮਰਜ਼ੀ ਇਹਦੇ ਨਾਲ ਇਕੱਲਾ ਇਹਨਾਂ ਦੇ ਪੇਟ ਨਹੀਂ ਪਲਦਾ ਇਹਦੇ ਨਾਲ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਵੀ ਫਾਇਦਾ ਹੁੰਦਾ ਹੈ ਫਾਇਦਾ ਕਿਵੇਂ ਹੁੰਦਾ ਹੈ ਅਗਰ ਕੋਈ ਵੀ ਸਾਨੂੰ ਸਮਾਨ ਲਿਆਉਣਾ ਪੈਂਦਾ ਤੇ ਘੱਟ ਰੇਟ ਤੇ ਇਹ ਜਿਹੜੇ ਸਾਡੇ ਕੋਲ ਸਾਡੇ ਘਰ ਦਾ ਜਿਹੜਾ ਸਮਾਨ ਆ ਉਹ ਪਹੁੰਚਦਾ ਕਰਦੇ ਆ ਔਰ ਉਹਦੇ ਵਿੱਚ ਉਹ ਮੋਟਰਸਾਈਕਲ ਦੇ ਵਿੱਚ ਤੇਲ ਵੀ ਘੱਟ ਪੀਂਦਾ ਔਰ ਸਾਨੂੰ ਜਿਹੜਾ ਉਹਦਾ ਜਿਹੜਾ ਬਚਤ ਉਹ ਬਕਾਇਆ ਵੀ ਜਿਹੜਾ ਬਚਦਾ ਅਸੀਂ ਕਹਿਣਾ ਚਾਹਾਂਗੇ ਇਹਨਾਂ ਦੇ ਚਲਾਨ ਕਰਨੇ ਬਿਲਕੁਲ ਬੰਦ ਕੀਤੇ ਜਾਵਣ ਇਹਨਾਂ ਦੀ ਮੋਟਰਸਾਈਕਲ ਟਰਾਲੀਆਂ ਬਿਲਕੁਲ ਵੀ ਬੌਂਡ ਨਾ ਕੀਤੀਆਂ ਜਾਣ ਅਗਰ ਬੌਂਡ ਕੀਤੀਆਂ ਗਈਆਂ ਅਗਰ ਚਲਾਨ ਕੀਤਾ ਗਿਆ ਇਹਨਾਂ ਦਾ ਅਸੀਂ ਇੱਥੋਂ ਸਖਤ ਚਲਾਵਣੀ ਦਿੰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਆਪਣੀ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਜਿਹੜਾ ਪੂਰਾ ਫਾਜ਼ਿਲਕਾ ਦਾ ਪੁਰਸ਼ ਪ੍ਰਸ਼ਾਸਨ ਵਿਰੁੱਧ ਅਸੀਂ ਜਿਹੜਾ ਅਗਲਾ ਜਿਹੜਾ ਐਕਸ਼ਨ ਲਿਖਾਂਗੇ ਅਗਰ ਜੇ ਇਹਨਾਂ ਦੇ ਚਲਾਨ ਜਾਂ ਇਹਨਾਂ ਦੇ ਜਿਹੜੇ ਟਰਾਲੀਆਂ ਬੌਂਡ ਕੀਤੀਆਂ ਗਈਆਂ ਦੇਖੋ ਜੀ ਅਗਰ 150 ਕਰੋੜ ਦੇ ਬਿੱਲ ਨੇ ਮਾਫ਼ ਕਰਤੇ ਆ ਪਰ ਚੰਨੀ ਸਾਹਿਬ ਨੇ ਇੱਕ ਵਾਅਦਾ ਕੀਤਾ ਵੀ ਪੰਜਾਬ ਦੇ ਵਿੱਚ ਚਾਹੇ ਜਿੰਨੇ ਬਿੱਲ ਆਏ ਹੋਏ ਆ
सारे 2 किलोवाट तक के बिल तो जुर्माने माफ किए जाएंगे। अगर वह चाहे 150 करोड़ कह रहे, अगर वह 500 करोड़ बनता तो 500 करोड़ ही माफ़ कर, और 500 करोड़ जरा माफ करना फार्म भरा के नहीं, उन्हों को सारा कुछ पिया ऑनलाइन क्यों नहीं उतो करते। इन्होंने 150 करोड़ किया, जब अगर 500 करोड़ जुर्माना है तो वह 150-200 करोड़ माफ़ कर देंगे, फिर कहे जी भी हूँ चोन जाबता लग गया, अं कितों माफ़ करिए। इन दी नीतियां हूँ सानू समझ आ चुकी, हूँ इन्हों का जोड़ा असी एक इदा के जोड़े मिठिया गोलियां असी नहीं चलन देंगे, और असी एक मंग करते हैं अगर माफ़ करना है तो सारे पंजाब के वर्ग का जोड़ा बिल आ वो माफ़ किया जाए। हूँ उदाहरण के तौर पर तुम असं दसना चाहेंगे, साढ़े पिंड मोहार खीवा के एक बिल आ, प्रशासन किन्नी कु घटिया कारगुजारी है भी असि अगर माफ कराउन जांदे आ सानू कहिंदे आ भी फार्म भरो, फार्म भरन दे बावजूद भी कहिंदे आ तुहाडा 200 माफ होवेगा, 250 माफ नहीं होवेगा, तो चन्नी साहब कह देवन भी हाँ 3000 के 200 माफ होगा, तो असं भी फिर मान लें भी हाँ 3000 के 200 माफ करा लें, बाकी असं भर देंगे। तुम ये सबूत वेख सकते हो, पहले कह रहे हैं भी असं जो बिल 200 तो उपर माफ नहीं कर सकते। साड़ी एको एक मंग आ भी हूँ जो चोन जाबता लगन घट्टो घट जी है वो तो वह 1.5-2 महीने का समय रह चुके, हूँ इन्होंने जोड़ा साको एक मंग आ भी ये जो फार्मा वाला जो कम खत्म करके ऑनलाइन सारा कुछ इन्हों को पिया भी कि किसी का बिल आ कि किसी का जुर्माना क्यों नहीं ऑनलाइन पोर्टल तो खत्म करते सारा बिल बकाया उन्होंने जिन्ना भी बचता। असं चाहवे फार्म वाली जी शोशाबाजी छड़ के ऑनलाइन जिन्ना भी बंद का बकाया बिल बोलता उन्होंने सारा कुछ माफ़ करके अगे तो जो इन्होंने वादे किए पूरे कर जो पूरा योगदान पा। मैं कुलवंत सिंह किसान मजदूर संघर्ष कमेटी जोन सकत्र, अज सा जो मंग पत्र है जिमें गड़ेमारी के कारण जिन्या फसल तबाह हुई लोगों ने बहुत वीडियो पाई है बड़ा कुछ वेख्या जाके अफसर फसाई भेजी गई, पर अजे तक 2 महीने हो चुके हैं किसी का कोई मुआवजा या किसी के मकान। तुम खुद मैं मीडिया वालों कहना चाहना जिते आ नवा सलेम शाह वेख्या की हाल होया, सारे पंजाब दे विच बुरा नुकसान होया पर अजे तक किसी मुआवजा मुहैया नहीं कराया गया, किसी की गड़ेमारी कारण फसल बर्बाद हुई है उन्होंने अजे तक कोई पैसा नहीं दिता गया, किसी मकान का मकान नहीं दिता गया। एक अफसरशाही जी है सारा कुछ राजनीतिक अदारे रल के सरकारां दे नाल रल के सारी लुट खसुट करके आप खाधी जा रहा, लोगों तक कोई चीज़ नहीं पहुँचा रहे। तो मैं चन्नी साहब नूं बेनती करदा मीडिया के सामने जा अखबारों के बड़ा कुछ बोलते हो गोकड़े वेखते हो गोकड़िया वेखने वेख्या काम नहीं चलना उन्होंने किसानों नूं, जे हक दवाउणा है तो अपनी नीयत और नीति साफ करनी पैनी है सारिआं नूं, सारे पंजाब नूं वधिया सोने की चिड़ी दोबारा बनाउणा है तो राजनीतिक सिस्टम जिहड़ा पहला भ्रष्टाचार खत्म करना पैना है, राजनीतिक अदारा जिहड़ा वह बिल्कुल सीधा होना चाहिए। जदों तक रिश्वतखोरी दफ्तरां दे विच प्रशासन दे विच खत्म नहीं होंदी उदों तक सिस्टम सही नहीं होंदा। दूजी गल आ जिहड़े चलान साडे आम लोगों के गरीब लोगों के चलान कट्टे जाते हैं अफसर के फोन करते एमएलए का फोन करते उन्होंने छड्डिया जाता है, पर जिहड़े दूजे आम लोग जो फस जाता उनका चलान किया जाता 500,000 का। वेखो महंगाई कितने तक कि असमान में छू रही है, पेट्रोल डीजल कीमत कितने वध चुकिया ने, जिन्ने नुकसान हो रहे हैं सरकार की सुती पई है। जिहड़े मनप्रीत बादल जी ने कहिंदे ने खजाना खाली है, मैं कहना आम किसी बंदे नूं एक 2 दिन बिठा देन असीं वेख लैने खजाने दे विच की ने, सब कुछ इन्हां दे कोल भरिया, इन्हां दी नीयत खराब है, इन्हां नूं पता लग चुक्या है कि किसान जिहड़े ने हुण जाग पए ने ते लोकां नूं कुछ ना दिओ क्योंकि सरकारां दे खिलाफ हो चुके ने लोक। मैं फिर भी बेनती करदा जिहड़ी भी सरकार आउंदी है जे इलैक्शन लड़ना है पहला 3 काले कानून रद्द कराओ फिर लोगों के वोट मंगण जाओ, नहीं तो तुहाडा तिक्खा संघर्ष करांगे। हाँ अज्ज मंग पत्र देण दा जिवें पहला साडे प्रधान जी ने दस्सिया कि जिहड़ा बिजली दा है जां गड़ेमारी करन होईआं फसलां दा नुकसान वो असीं डीसी साहब दे अधिकारी किसी भी उच्च अधिकारी दा जे तक वेट कर रहे हैं, बहुत समा हो गया असी जे होर 5-10 मिनटां बाद नहीं आउंदे तो असी कोई होर आपका टीचा लिखांगे इकट्ठा जाम इकट्ठा करके ते उहदे बारे फिर तुहानूं दस्सांगे। वाहिगुरू जी का खालसा वाहिगुरू जी की फतह। इस मौके पर एसडीएम फाजिलका ने कहा कि वे पंजाब सरकार को यह ज्ञापन भेजेंगे। मैं हमने इन्होंने लिया जी मंग पत्र लिया, इन्होंने मंग पत्र के जी डिमांड सगिया ने पंजाब सरकार ना रिलेटड ने, असं इन्होंने पंजाब सरकार तक पहुँचाने क्योंकि ये साढ़े लैवल से जरा कोई मसला अभी हल कर सकते हैं, पर जोड़ा मसला पंजाब सरकार का वो पंजाब सरकार वालों ही हल होना है, असं इन्होंने उपर भेज के डिमांड भेजते हैं इन्होंने जी उपर। सर एक बिजली महकमे वालों इन्होंने कहा गया भी जो बिल माफ़ी लैके जाते हैं पर उन्होंने वालों कहा जाता भी बिल माफ़ सारे नहीं हुए,
ਉਸ ਬਾਰੇ ਸਰ ਤੁਸੀਂ ਕੀ ਕਹੋ ਕੋਈ ਇਹੋ ਜਿਹਾ ਨਹੀਂ ਜਿਹਦਾ ਬਿੱਲ ਮਾਫ ਨਹੀਂ ਸਰ ਮੈਂ ਦਿੰਨਾ ਜਿਹੜਾ ਨਹੀਂ ਹੋਇਆ ਉਹ ਮੇਰੇ ਕੋਲ ਆ ਜਾਓ ਐਪਲੀਕੇਸ਼ਨ ਲਿਆਓ ਮੇਰੇ ਕੋਲ ਲਿਆਓ ਜੇ ਨਹੀਂ ਹੈ ਤਾਂ ਮੈਂ ਉਹਦਾ ਕਰਵਾ ਦਿੰਦਾ 2 ਕਿਲੋ ਵਾਟ ਤੱਕ ਜਿਹੜਾ ਸਰਕਾਰ ਨੇ ਕਿਹਾ ਉਹ ਆਲਮੋਸਟ ਹੋਇਆ